ਆ ਜਿਹੜੇ ਹਾਂਜੀ ਉਹਨੇ ਮੋਤੀ ਬਣ ਜਾਂਦੇ ਨੇ, ਬੜੇ ਬੜੇ ਸੋਹਣੇ ਲੱਗਦੇ ਆ ਇਹ। ਫਿਰ ਇਹ ਸਕਸੈਸ ਦੇ ਹਾਂਜੂ ਹੋ ਜਾਂਦੇ ਨੇ। ਇਹ ਸਟਰਗਲ ਤੋਂ ਦੁਖੀ ਹੋਏ ਬੰਦੇ ਦੇ ਨਹੀਂ ਹੁੰਦੇ, ਕਾਮਯਾਬ ਬੰਦੇ ਦੇ ਜਿਹੜੇ ਖੁਸ਼ੀ ਦੇ ਅੰਤ ਉਹ ਬਣ ਜਾਂਦੇ ਨੇ। ਜਦੋਂ ਆਫਰ ਆਈ ਮੈਂ ਕਿਹਾ ਜੀ ਕੁੜੀ ਕੌਣ ਹੈ, ਕਹਿੰਦੇ ਸੋਨੀਆ ਮਾਨ। ਥੋੜ੍ਹੀ ਦੇਰ ਪਹਿਲਾਂ ਤਾਂ ਮੈਂ ਹਰਭਜਨ ਦੀ ਫਿਲਮ 'ਚ ਹਾਣੀ 'ਚ ਉਹਦੇ ਬਾਪ ਦਾ ਰੋਲ ਕਰਕੇ ਹਟਿਆ, ਫਿਰ ਕਹਿੰਦੇ ਲਓ ਐਕਟਰ ਕਾਹਦੇ ਹੋਏ। ਮੈਂ ਕਿਹਾ ਇਹ ਤਾਂ ਸਹੀ ਗੱਲ ਹੈ। ਆਫ ਸਕਰੀਨ ਕਈਆਂ ਨੂੰ ਭੈਣਾਂ ਦੀ ਤਰ੍ਹਾਂ ਸੋਚੀਦਾ, ਮਾਵਾਂ ਦੀ ਤਰ੍ਹਾਂ ਸੋਚੀਦਾ, ਹੁੰਦੀਆਂ ਵੀ ਨੇ ਅਤੇ ਕਰੈਕਟਰ ਉਹਨਾਂ ਨਾਲ ਤਰ੍ਹਾਂ ਤਰ੍ਹਾਂ ਦੇ ਕਰੈਕਟਰ ਨਿਭਾਉਣੇ ਪੈਂਦੇ ਨੇ। ਉਹੀ ਤਾਂ ਆਰਟ ਆਫ ਐਕਟਿੰਗ ਹੈ, ਉਹੀ ਹੈ। ਉਸੇ ਕਰਕੇ ਲੋਕ ਸਾਨੂੰ ਤਾਂ ਨਵਾਜਦੇ ਨੇ, ਤਾੜੀਆਂ ਮਾਰਦੇ ਨੇ, ਦੇਖ ਕੇ ਖੁਸ਼ ਹੁੰਦੇ ਨੇ। ਆ ਇਸ ਉਹੀ ਦੇਖ ਲੈ ਹੈ, ਫਿਲਮਾਂ 'ਚ ਕਿਹੋ ਜਿਹੇ ਕੰਮ ਕਰਦਾ, ਜਦੋਂ ਮਿਲਦਾ ਉਦੋਂ। ਕਈ ਬੰਦੇ ਤਾਂ ਇਹ ਵੀ ਕਹਿੰਦੇ ਨੇ ਕਿ ਯਾਰ ਸੋਈ ਸਾਹਿਬ ਜੇ ਤੁਸੀਂ ਨਹੀਂ ਕਰਦੇ ਫਿਰ ਆਪਾਂ ਇਹ ਸਬਜੈਕਟ ਛੇੜਦੇ ਨਹੀਂ। ਕਿੰਨਾ ਵੱਡਾ ਮਾਣ ਸਤਿਕਾਰ ਹੁੰਦਾ ਹੈ। ਕਲਾਕਾਰ ਜਿਹਦੇ ਵੱਖ ਵੱਖ ਕਿਰਦਾਰ ਪਰ ਇਨਸਾਨ ਉਹ ਜਿਹਦਾ ਇੱਕੋ ਹੀ ਕਿਰਦਾਰ, ਅਤੇ ਉਹਨੇ ਵਨ ਐਂਡ ਓਨਲੀ ਪੰਜਾਬੀ ਸਿਨੇਮਾ ਦੀ ਮਾਨ ਅਤੇ ਸ਼ਾਨ ਸਰਦਾਰ ਸੋਹੀ ਜੀ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਰ ਲੰਕਾ ਇਸ ਵਾਰ ਫਿਰ ਤੋਂ ਇੱਕ ਵਾਰ ਦੇਖਣ ਨੂੰ ਮਿਲ ਰਹੀ ਹੈ, ਦੀਵਾਲੀ ਵੀ ਆ ਗਈ ਹੈ। ਲੰਕਾ ਤੁਹਾਡੇ ਲਈ ਕੀ ਹੈ, ਤੁਸੀਂ ਲੰਕਾ ਤੋਂ ਕੀ ਸਮਝਦੇ ਹੋ? ਲੰਕਾ ਤਾਂ ਲੰਕਾ ਹੀ ਹੁੰਦੀ ਹੈ। ਲੰਕਾ ਕਿਸੇ ਵਾਸਤੇ ਸੋਨੇ ਦੀ ਲੰਕਾ ਸੀ, ਕਿਸੇ ਵਾਸਤੇ ਰਾਮ ਦੀ ਲੰਕਾ ਹੋਈ ਜਦੋਂ ਜਿੱਤ ਗਏ, ਅਤੇ ਮੇਰੇ ਵਾਸਤੇ ਰਾਵਣ ਵਾਲੀ ਲੰਕਾ, ਕਿਉਂਕਿ ਮੈਂ ਕਿਰਦਾਰ ਵੈਸਾ ਕੀਤਾ। ਉਹ ਲੰਕਾ ਅੱਜ ਦੇ ਜੋ ਵਾਪਰ ਰਿਹਾ ਪੰਜਾਬ 'ਚ ਇਸ ਵੇਲੇ, ਉਹਨੂੰ ਦਰਸਾਉਂਦੀ ਹੋਈ ਹੈ ਲੰਕਾ। ਇਹ ਸਾਡਾ ਐਡਾ ਸੋਹਣਾ ਪੰਜਾਬ, ਇਹ ਕਿਹੜੀਆਂ ਉਲਝਣਾਂ 'ਚ ਫਸ ਗਿਆ, ਕਿੱਥੋਂ ਅਤੇ ਕਿੱਥੇ ਲਿਆ ਸੁੱਟਿਆ ਪੋਲੀਟੀਸ਼ਨਾਂ ਨੇ, ਇਹ ਉਸ ਚੀਜ਼ ਨੂੰ ਦਰਸਾਉਂਦਾ ਹੋਇਆ ਇਹ ਮੇਰਾ ਕਰੈਕਟਰ ਹੈ। ਨੈਗੇਟਿਵ ਰੋਲ ਖੇਡਿਆ। ਜਦੋਂ ਆਫਰ ਆਈ ਮੈਂ ਕਿਹਾ ਜੀ ਕੁੜੀ ਕੌਣ ਹੈ, ਕਹਿੰਦੇ ਸੋਨੀਆ ਮਾਨ। ਥੋੜ੍ਹੀ ਦੇਰ ਪਹਿਲਾਂ ਤਾਂ ਮੈਂ ਹਰਭਜਨ ਦੀ ਫਿਲਮ 'ਚ ਹਾਣੀ 'ਚ ਉਹਦੇ ਬਾਪ ਦਾ ਰੋਲ ਕਰਕੇ ਹਟਿਆ, ਫਿਰ ਕਹਿੰਦੇ ਲਓ ਐਕਟਰ ਕਾਹਦੇ ਹੋਏ। ਮੈਂ ਕਿਹਾ ਇਹ ਤਾਂ ਸਹੀ ਗੱਲ ਹੈ, ਐਕਟਰ ਦਾ ਮਤਲਬ ਇਹ ਹੈ ਅਸੀਂ ਉਹੀ ਕੁੜੀਆਂ ਸਾਡੀਆਂ ਆਫ ਸਕਰੀਨ ਕਈਆਂ ਨੂੰ ਭੈਣਾਂ ਦੀ ਤਰ੍ਹਾਂ ਸੋਚੀਦਾ, ਮਾਵਾਂ ਦੀ ਤਰ੍ਹਾਂ ਸੋਚੀਦਾ, ਹੁੰਦੀਆਂ ਵੀ ਨੇ ਅਤੇ ਕਰੈਕਟਰ ਉਹਨਾਂ ਨਾਲ ਤਰ੍ਹਾਂ ਤਰ੍ਹਾਂ ਦੇ ਕਰੈਕਟਰ ਨਿਭਾਉਣੇ ਪੈਂਦੇ ਨੇ। ਉਹੀ ਤਾਂ ਆਰਟ ਆਫ ਐਕਟਿੰਗ ਹੈ, ਉਹੀ ਹੈ। ਉਸੇ ਕਰਕੇ ਲੋਕ ਸਾਨੂੰ ਤਾਂ ਨਵਾਜਦੇ ਨੇ, ਤਾੜੀਆਂ ਮਾਰਦੇ ਨੇ, ਦੇਖ ਕੇ ਖੁਸ਼ ਹੁੰਦੇ ਨੇ। ਆ ਇਸ ਉਹੀ ਦੇਖ ਲੈ ਹੈ, ਫਿਲਮਾਂ 'ਚ ਕਿਹੋ ਜਿਹੇ ਕੰਮ ਕਰਦਾ, ਜਦੋਂ ਮਿਲਦਾ ਉਦੋਂ ਕਿ ਜੀ। ਵੈਸੇ ਤਾਂ ਕਲਾਕਾਰ ਦੇ ਲਈ ਉਹਦੀ ਜੋਬ ਹੈ, ਉਹਦਾ ਜਿਹੜਾ ਕਰੈਕਟਰ ਉਹਨੂੰ ਮਿਲਦਾ ਹੈ ਨਾ, ਪਰ ਫਿਰ ਵੀ ਜਦੋਂ ਕੋਈ ਆਫਰ ਤੁਹਾਨੂੰ ਕਿਰਦਾਰ ਹੁੰਦਾ, ਪਹਿਲਾ ਥੋਟ ਪ੍ਰੋਸੈਸ ਉਹਨੂੰ ਚੂਜ਼ ਕਰਨ ਦਾ ਤੁਹਾਡਾ ਕੀ ਹੁੰਦਾ? ਮੇਰਾ ਮੈਂ ਮਾਪਦੰਡ ਮੈਂ ਉਹ ਨਹੀਂ ਰੱਖਿਆ ਹੈ ਕਿ ਮੈਨੂੰ ਇੱਕ ਤਰ੍ਹਾਂ ਦਾ ਅਲੱਗ ਹੀ ਇੱਕ ਰੋਲ ਇੱਕ ਤਰ੍ਹਾਂ ਦੇ ਮਿਲ ਜਾਣ। ਮੈਂ ਅਜੇ ਤਾਂ ਬਹੁਤ ਕੁਛ ਕਰਨ ਵਾਲਾ, ਉੱਦਾਂ ਦੇ ਕਰੈਕਟਰ ਕੋਈ ਲਿਖ ਕੇ ਨਵੇਂ ਮੁੰਡੇ ਥੋੜ੍ਹਾ ਸੋਹਣਾ ਲਿਖ ਕੇ ਆਉਂਦੇ ਆ। ਮੈਂ ਲੱਕੀ ਸਮਝਦਾ ਆਪਦੇ ਆਪ ਨੂੰ ਕਿ ਮੈਂ ਇਸ ਦੌਰ 'ਚ ਬੈਠਾ, ਇੱਥੇ ਹੈਗਾ ਇੰਡਸਟਰੀ 'ਚ, ਔਰ ਪਰਮਾਤਮਾ ਨੇ ਉਮਰ ਲੰਮੀ ਬਖਸ਼ੀ ਹੋਈ ਹੈ, ਚੱਲੀ ਜਾ ਰਿਹਾ ਅਜੇ। ਤਾਂ ਉਹ ਜਿਹੜਾ ਉਹਨਾਂ ਦੀ ਸੋਚ 'ਤੇ ਖਰੇ ਉਤਰਨਾ, ਉਹ ਕੁਛ ਤਵੱਕੋ ਰੱਖਦੇ ਨੇ ਮੇਰੇ ਕੋਲੋਂ ਕਿ ਸਰਦਾਰ ਸੋਹੀ ਆਹ ਕਰੈਕਟਰ ਨਿਭਾ ਸਕਦਾ ਹੈ। ਕਈ ਬੰਦੇ ਤਾਂ ਇਹ ਵੀ ਕਹਿੰਦੇ ਨੇ ਕਿ ਯਾਰ ਸੋਹੀ ਸਾਹਿਬ ਜੇ ਤੁਸੀਂ ਨਹੀਂ ਕਰਦੇ ਫਿਰ ਆਪਾਂ ਇਹ ਸਬਜੈਕਟ ਛੇੜਦੇ ਨਹੀਂ। ਕਿੰਨਾ ਵੱਡਾ ਮਾਣ ਸਤਿਕਾਰ ਹੁੰਦਾ ਹੈ। ਇਹ ਜਿਹੜੀ ਮੇਰੀ ਘਾਲਣਾ ਹੈ, 40-45 ਸਾਲ ਲੱਗ ਗਏ, 75 ਨੂੰ 25 ਸਾਲ ਹੈ, ਜਾਂ 20-22 ਸਾਲ ਹੈ, 25 ਅਤੇ 20 47 ਹੋ ਗਏ ਜਦੋਂ ਮੈਂ ਇਹ ਸ਼ੁਰੂ ਕੀਤਾ ਸੀ। ਅਤੇ ਸਕਸੈਸ ਕਦੋਂ ਮਿਲੀ ਹੈ, ਆਹੀ 10 ਸਾਲ ਪਹਿਲਾਂ। ਸੋ ਉਹਦੇ ਵਾਸਤੇ ਮੈਂ ਉੱਪਰ ਵਾਲੇ ਦਾ ਸ਼ੁਕਰਗੁਜ਼ਾਰ ਹਾਂ, ਮੈਂ ਆਪਣੇ ਮਾਪਿਆਂ ਦਾ ਸ਼ੁਕਰਗੁਜ਼ਾਰ ਹਾਂ, ਮੈਂ ਮੇਰੇ ਉਸਤਾਦ ਹਰਪਾਲ ਟਿਵਾਣਾ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਐਡਾ ਵਧੀਆ ਕਲਾਕਾਰ ਬਣਾਇਆ। ਮੇਰੇ ਪਾਪਾ ਦਾ, ਮੇਰੀ ਬੀਬੀ ਦਾ ਸ਼ੁਕਰਗੁਜ਼ਾਰ ਹਾਂ, ਸਾਡੇ ਪਰਿਵਾਰ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨੇ ਔਖੇ ਸਮੇਂ 'ਚ ਮੇਰਾ ਸਾਥ ਦਿੱਤਾ। ਮੇਰੇ ਪਾਪਾ ਨੇ ਇੱਕ ਵਾਰੀ ਕਿਸੇ ਬੰਦੇ ਕੋਲ ਇਹ ਕਿਹਾ ਸੀ ਕਿ ਮੇਰੇ ਬੇਟੇ ਬਾਰੇ
गलत ना बोलिया कर, मैनू यह ना कहा कर मैं बेटे के खिलाफ हो जा, उन्होंने इस राह तो हटा दें, मेरे बेटे दे तो मेरे चम दिया जुत्तियां भी पै जाए, मैं आपके आप भागा समझूंगा, मुड़ के नहीं बोलना। मैं आ सक्सैस मिलने तो बाद मैं मेरी सब तो छोटी भैन ने यह गल दसी, कहती भीरे तेन पता है पापा तेरे बारे ए सोचते आ सोचते होंगे सी। सो पेंडा औखा सी, लंघ गया, हूँ सोहना दौर है, वधिया दौर है। मैं मेरे दर्शकों के सामने बैठा, अलग अलग पात्र खेड़दा बैठा, मेरे जिहड़े नवे मुंडे नवा टैलेंट जो नवी नवी कहानियां लिख के आता है उदों आ जे हाँ जी उन्हें मोती बन जाते हैं, बड़े बड़े सोहने लगते हैं, फिर ये सक्सैस के हंझू हो जाते हैं। ये स्ट्रगल तो दुखी हुए बंदे नहीं होंगे, कामयाब बंदे जड़े खुशी के अंत वो बन जाते हैं। सो बहुत खूबसूरत सुच्चे मोतियां दी माला तुहाडे जिहड़े है ना जिंदगी दे विच जुड़ी हुई है। बाप ने कहा वी इहदे बारे कुछ नहीं कहना चाहुंदियां, जुत्तियां भी पा सकदा। उस्ताद ने कहा हनुमान दा किरदार सिर्फ तू ही कर सकदा, मैनू तेरे ते पूरा यकीन है ना। उस तरह इस किरदार ते जे मैं वापस आना चाहवां सर, लुक्स दा बहुत इंपैक्ट पै रहा है इहदे ते, मैनू लगदा फिल्म देखण तो पहले कुछ फिल्म पोस्टर नू देख के तुहाडी क्लीयर हो सकदी। सो लुक्स ते मैं जरूर गल करना चाहवांगी, तुसीं लुक्स नू किवें अडोप्ट करदे हो और किस तरह नवे आर्टिस्ट ते तुहाडा यकीन बनता है कि हाँ मैं ये चीज़ करन दे लई बिल्कुल तैयार है। देखो जे तुसी पढ़ते हो, जे तुसी क्लोजली वॉच करते हो समाज के पात्रां नू अदाकारां नू, जे तो जे तुसी कोई बच्ची का रेप हो गया, जे तुसी ओ खबर पढ़ के तुहाडा अंदर नहीं कंबदा, तुसी इहो जिहे करैक्टर नहीं खेड सकते। हर पात्रों तुर अंदरों तक जानने वास्ते तुसी अंदरों किन्ने जिउंदे हो, जे तुसी अंदर मरिया होया फिर तुसी एक्टर नहीं हो सकते, जे तुहाडा अंदर जिउंदा है फिर तुसी कोई भी करैक्टर कर सकते हो। सो इहो जी जिहड़ी लुक आउंदी है ये मैं आले दुआले साडे समाज के गिरे हुए बदमाश वो बड़ा कुछ पढ़िया होया, बड़ा कुछ देखिया होया, इस करके कोई बड़ी वड्डी दिक्कत नहीं आउंदी जी। सो सोनिया मान दे नाल इस फिल्म दे विच तुसीं काम कीता है, वो आम तौर पर भी निजी जिंदगी दे विच भी बहुत ही बेबाक ने, अपनी गल नूं पूरे इफेक्ट दे नाल रखदे ने हमेशा, चाहे लोग उसका विरोध ही करते हैं। सो किस तरह की ट्यूनिंग तुसीं सोनिया मान दे नाल महसूस करते हो इस फिल्म दे विच, तुहाडी जिहड़ी स्क्रीन स्पेस है जिद्दां तुसीं शेयर कीती है वो बिल्कुल डिफरेंट दर्शकों नूं वेखण नूं मिलण वाली है। सोनिया समझदी है आर्ट ऑफ एक्टिंग नूं, सोनिया समझदी है। सोनिया ने कदे कोई इहो जी जां ओह टेंट्रम्स ओह सैट ते क्रिएट नहीं किते कि मैं ये नहीं करूँगी, जो डिमांड हुंदी सी फिर तुहाडी हैंडलिंग हुंदी है को एक्टर की। जे सोनिया नूं पता है कि सरदार सोई एट हर्ट बहुत अच्छा है, आ करैक्टर करन वेले ऐसा कर रहा है, करना पैंदा है, ओह ये साडे प्रोफेशन दीआं मजबूरियां हुंदीआं ने, ओह शी नोज़ वेरी वेल, इस करके ओह कंफर्टेबल जी। हुण बहुत अहम सवाल, फिल्म दा जिहड़ा मेन आधार है वह हैगा अजकल दा यूथ, ते उस दे विच जिहड़ा पॉलिटिक्स अपना कॉन्ट्रीब्यूशन दे रही है, जे मतलब कि जिहड़ा साडा यूथ है किते ना किते उहनां दे अपनी जिंदगी तो डिस्ट्रैक्ट होण दी वजह पॉलिटिक्स है, ठीक है। सो तुसीं इस चीज़ नूं सर किवें समझदे हो, किवें तुहाडा की नज़रिया इस चीज़ नूं लैके? देखो यूथ नूं कदे असीं गलत नहीं कह सकते, यूथ है जिहड़ी मैनूं तो बहुत अच्छा लगता है कि अज तो 20-25 साल 30 साल पहला मेरे ईवन मेरे बचपन च उदों भी जिहड़ा साडा इलाका सी मालवे दा उदों तो ही सुचेत रहे, साडे कामरेडां दे शोध होंदे प्ले होंदे होंदे सी, उहनां नूं मैं बहुत नेड़ों देखिया होया, कईआं नाल तां जवाया होया जी। इस करके मैनूं अच्छा लगता कि अज दी यूथ है कमाल ही होगी, जदों अठवीं पढ़े मुटे अठवीं पढ़े, कई तो पढ़े ही नहीं, चौथी पंजवीं वाले वो बंदे आ दौर देख देख के वो बंदे वधिया स्पीच देने लग गए खड़ के किसानी अंदोलन हुण अच्छे समाज की सोच सकते हैं कि बहुत साडा आने वाला फ्यूचर वो साडी यूथ के हाथ च है, यूथ साडी बहुत सुचेत हो गई है और साडा फ्यूचर भी ब्राइट रहेगा जी, उम्मीद है।
ਉਹ ਵੀ ਜਦੋਂ ਤੁਹਾਡੇ ਵਰਗੇ ਕਲਾਕਾਰ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਸੋਹਣੇ ਵਿਸ਼ਿਆਂ 'ਤੇ ਸੋਹਣੇ ਕਿਰਦਾਰ ਹੀ ਨਹੀਂ ਲੈ ਕੇ ਆਉਂਦੇ ਬਲਕਿ ਇਹੋ ਜਿਹੇ ਖਾਸ ਮੌਕਿਆਂ 'ਤੇ ਤੁਸੀਂ ਪੁਰਾਣੇ ਕ੍ਰਾਂਤੀਕਾਰੀਆਂ ਨੂੰ ਵੀ ਯਾਦ ਰੱਖਦੇ ਹੋ ਔਰ ਆਉਣ ਜਿਹੜਾ ਸਾਡਾ ਯੂਥ ਹੈ ਉਹਨਾਂ ਨੂੰ ਵੀ ਜਾਣੂ ਕਰਵਾਉਂਦੇ ਹੋ। ਮੈਂ ਗੱਲ ਕਰ ਰਹੀ ਹਾਂ ਕੇਕ ਕਟਿੰਗ ਕੀਤੀ ਗਈ ਹੈ ਅੱਜ ਭਗਤ ਸਿੰਘ ਜੀ ਦੇ ਲਈ, ਸੋ ਮੈਂ ਉਹਨਾਂ ਬਾਰੇ ਜ਼ਰੂਰ ਗੱਲ ਕਰਨਾ ਚਾਹਾਂ। ਜੀ 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 ਭਗਤ ਸਿੰਘ ਬਚਪਨ ਤੋਂ ਭਗਤ ਸਿੰਘ ਦੀਆਂ ਜਿਹੜੀਆਂ ਘੋੜੀ ਲਿਖੀ ਹੁੰਦੀ ਸੀ, ਮੇਰੇ ਯਾਦ ਹੈ ਮੈਂ ਜਦੋਂ ਸਕੂਲ 'ਚ ਪੜ੍ਹਦਾ ਹੁੰਦਾ ਸੀ ਅਸੀਂ ਭਗਤ ਸਿੰਘ ਦੀ ਘੋੜੀ ਗਾਉਂਦੇ ਹੁੰਦੇ ਸੀ ਸਕੂਲ 'ਚ। ਉਦੋਂ ਤੋਂ ਭਗਤ ਸਿੰਘ ਸਾਡੀ ਰਗ ਰਗ 'ਚ ਵਸੇ ਹੋਏ ਨੇ। ਉਹਨਾਂ ਨੇ ਐਡੀ ਛੋਟੀ ਉਮਰ ਦੇ ਵਿੱਚ ਇੰਨਾ ਸੋਹਣਾ ਲਿਖ ਕੇ ਐਡਾ ਵੱਡਾ ਸੁਪਨਾ, ਜਿਹੜਾ ਯੂਥ ਫਾਂਸੀ 'ਤੇ ਚੜ੍ਹਨ ਤੋਂ ਪਹਿਲਾਂ ਯਾਰ ਥੋੜ੍ਹਾ ਜਿਹਾ ਰਹਿ ਗਿਆ ਪੜ੍ਹ ਲਾਂ ਫਿਰ ਆਉਂਦੇ ਹਾਂ, ਚੜ੍ਹ ਜਾਂਦੇ ਹਾਂ ਫਾਂਸੀ 'ਤੇ ਚੜ੍ਹਨ ਵਾਸਤੇ ਰੈਡੀ ਹਾਂ, ਜਿੰਨਾ ਛੇਤੀ ਚੜ੍ਹਾਂਗੇ ਉੱਨੀ ਛੇਤੀ ਫਿਰ ਦੁਬਾਰਾ ਜਨਮ ਲੈ ਕੇ ਆਵਾਂਗੇ। ਮਰਨ ਦੀ ਇੰਨੀ ਕਾਹਲ ਕਿ ਮੈਂ ਦੁਬਾਰਾ ਆਉਣਾ ਹੈ ਇੱਥੇ, ਜੇ ਆਜ਼ਾਦ ਨਹੀਂ ਹੋਇਆ ਉਹ ਦੇਸ਼ ਜਿਹੜੀਆਂ ਖਾਮੀਆਂ ਹੋਣਗੀਆਂ ਉਹ ਫਿਰ ਆ ਕੇ ਫਿਰ ਪੂਰੀਆਂ ਕਰਾਂਗੇ। ਭਗਤ ਸਿੰਘ ਸੋ ਸਰ ਆਡੀਅੰਸ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਅੱਜ ਸਾਡੀ ਇੰਡਸਟਰੀ ਵੱਖ ਵੱਖ ਵਿਸ਼ਿਆਂ 'ਤੇ ਐਕਸਪੈਰੀਮੈਂਟ ਕਰ ਰਹੀ ਹੈ ਔਰ ਤੁਹਾਡੇ ਵਰਗੇ ਜਿਹੜੇ ਖੁੰਡ ਨੇ ਉਹ ਵੀ ਪੂਰਾ ਵੱਧ ਚੜ੍ਹ ਕੇ ਸਾਥ ਦੇ ਰਹੇ ਨੇ, ਕਿਉਂਕਿ ਹਰ ਕਰੈਕਟਰ ਨੂੰ ਅਡੋਪਟ ਕਰਨਾ ਵੀ ਆਪਣੇ ਆਪ ਦੇ ਵਿੱਚ ਇੱਕ ਚੈਲੇਂਜ ਹੈ, ਪਰ ਤੁਹਾਡਾ ਸਾਥ ਮਿਲ ਰਿਹਾ ਅਤੇ ਫਿਲਮਾਂ ਬਣ ਰਹੀਆਂ ਨੇ, ਸੋ ਆਡੀਅੰਸ ਨੂੰ ਕੀ ਕਹਿਣਾ ਚਾਹੁੰਦੇ ਹੋ? ਆਡੀਅੰਸ ਵੀ ਪੈਰਲਲ ਹੀ ਆਪਣਾ ਜਿਹੜਾ ਯੋਗਦਾਨ ਰੱਖਦੀ ਹੈ ਫਿਲਮਾਂ ਨੂੰ ਐਕਸੈਪਟੈਂਸ ਦੇ ਕੇ ਜਾਂ ਨਾ ਦੇ ਕੇ? ਬਿਲਕੁਲ, ਅੱਜ ਸਾਡੀ ਇੰਡਸਟਰੀ ਕਰੋੜਾਂ ਰੁਪਈਆ ਕਮਾ ਰਹੀ ਹੈ, ਕਰੋੜਾਂ, ਕਦੇ ਕਦੇ ਲੱਖਾਂ ਰੁਪਈਆ ਇਕੱਠਾ ਕਰਨਾ ਮੁਸ਼ਕਿਲ ਹੁੰਦਾ ਸੀ। ਸਾਡੀ ਫਿਲਮ 5-7 ਲੱਖ 'ਚ ਬਣ ਜਾਂਦੀ ਸੀ ਅਤੇ 10 ਲੱਖ ਵੀ ਬਣ ਜਾਂਦਾ ਪ੍ਰੋਡਿਊਸਰ ਨੂੰ ਹੁੰਦਾ ਸੀ। ਇੱਕ ਫਿਲਮ ਆਈ ਸੀ ਰਾਜਿੰਦਰ ਕੁਮਾਰ ਦੀ, ਬਲਰਾਜ ਸਾਹਨੀ ਸਾਹਿਬ ਜੀ ਉਹਦੇ 'ਚ ਟਾਈਟਲ ਦਾ ਨਾਂ ਕੀ ਸੀ ਫਿਲਮ, ਉਹਦੇ ਵੱਡੇ ਵੱਡੇ ਪੋਸਟਰਾਂ 'ਤੇ ਲਿਖਿਆ ਹੁੰਦਾ ਸੀ ਅੱਜ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਤਲਾਸ਼ ਫਿਲਮ। ਉਹ 1 ਕਰੋੜ 'ਚ ਬਣੀ ਸੀ, ਸਭ ਤੋਂ ਮਹਿੰਗੀ। ਅੱਜ ਪੰਜਾਬੀ ਸਿਨੇਮਾ ਦੇ ਐਕਟਰ 'ਚ 1 ਕਰੋੜ 'ਚ ਖੜਦਾ ਵੀ ਨਹੀਂ ਕੋਈ ਹੀਰੋ, ਅਤੇ ਉਹ ਮਤਲਬ ਇਹ ਬਹੁਤ ਗਰੋ ਕਰ ਚੁੱਕੀ ਹੈ। ਸ਼ੁਕਰ ਹੈ ਪਰਮਾਤਮਾ ਦਾ, ਸ਼ੁਕਰ ਹੈ ਸਾਡੇ ਦਰਸ਼ਕਾਂ ਦਾ, ਭਾਈ ਤੁਹਾਡੀ ਤਾਰੀਫ ਕਰ ਰਹੇ ਹਾਂ, ਤੁਸੀਂ ਸਾਨੂੰ ਸਿਰ ਮੱਥੇ ਬਿਠਾਇਆ ਤਾਂ ਸਾਡੀ ਇੰਡਸਟਰੀ ਇੱਥੇ ਤੱਕ ਪਹੁੰਚੀ ਹੈ। ਸਾਥ ਦਿਓ ਤੁਹਾਨੂੰ ਉਹ ਸਾਥ ਵਾਸਤੇ ਪਹਿਲਾਂ ਤਾਂ 8 ਅਕਤੂਬਰ ਨੂੰ ਫਿਲਮ ਲੱਗ ਰਹੀ ਹੈ ਲੰਕਾ ਜ਼ਰੂਰ ਦੇਖਣੀ ਹੈ, ਫਿਰ ਦੇਖ ਕੇ ਆਹਾ ਰੌਣ ਕਿਹੋ ਜਿਹਾ ਲੱਗਿਆ ਇਹ ਵੀ ਦੱਸਿਓ। ਸਰ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ, ਬਹੁਤ ਦੁਆਵਾਂ ਨੇ ਤੁਹਾਨੂੰ, ਸੋ ਬਹੁਤ ਪਿਆਰ ਹੈ, ਆਪਣੀ ਸਿਹਤ ਦਾ ਖਿਆਲ ਰੱਖੋ ਐਂਡ ਇਸੇ ਤਰ੍ਹਾਂ ਆਡੀਅੰਸ ਦੇ ਲਈ ਕੁਛ ਅਜਿਹਾ ਲੈ ਕੇ ਆਉਂਦਾ ਰਹੋ ਕਿ ਸਾਡੀ ਜਿਹੜੀ ਆਡੀਅੰਸ ਹੈ ਉਹ ਹਮੇਸ਼ਾ ਸਿਨੇਮਾ ਦੇ ਨਾਲ ਕਨੈਕਟਿਡ ਰਹੋ। ਸੋ ਥੈਂਕ ਯੂ ਸੋ ਮਚ ਜੀ, ਤੁਸੀਂ ਵੇਖਦੇ ਰਹੋ ਸਿਨੇ ਪੰਜਾਬੀ, ਫਿਲਹਾਲ ਦੇ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।